ਰਜੀਤ ਸਿੰਘ ਆਈ ਪੀ ਐਸ 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 ਪੀ ਗੁਰਦਾਸਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਜਿਹੜੇ ਭੈੜੇ ਅਨਸਰਾਂ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਗਈ ਹੈ ਸਾਡੇ ਵੱਲੋਂ ਕੁਛ ਸਮੇਂ ਤੋਂ ਪਿਛਲੇ ਕੁਛ ਸਮੇਂ ਤੋਂ ਕੰਪਲੇਂਟਸ ਮਿਲ ਰਹੀਆਂ ਸੀਗੀਆਂ ਵੀ ਇਲਾਕੇ ਦੇ ਵਿੱਚ ਜਿਹੜੀਆਂ ਚੋਰੀਆਂ ਅਤੇ ਸਨੈਚਿੰਗਸ ਵਗੈਰਾ ਹੋ ਰਹੀਆਂ ਨੇ ਉਹਦੇ ਸੰਬੰਧ ਦੇ ਵਿੱਚ ਐਸ ਐਚ ਓ ਸਿਟੀ ਅਤੇ ਇਹਨਾਂ ਦੀ ਟੀਮ ਨੇ ਮਿਲ ਕੇ ਜਿਹੜਾ ਵਾ ਆਪਣੇ ਖੁਫੀਆ ਸੋਰਸਿਸ ਦੇ ਉਹਨਾਂ ਖੁਫੀਆ ਸੋਰਸ ਐਕਟਿਵ ਕਰਕੇ ਅਤੇ ਇੱਕ ਸਾਜਨ ਸਨ ਆਫ ਮਨੋਹਰ ਲਾਲ ਆਰ ਓ ਨੰਗਲਕੋਟਲੀ ਇਹਨੂੰ ਜਿਹੜਾ ਅਰੈਸਟ ਕੀਤਾ ਔਰ ਇਹਦੇ ਕੋਲੋਂ ਇੱਕ ਈ ਰਿਕਸ਼ਾ ਇੱਕ ਜਿਹੜਾ ਹੈਗਾ ਵੈ ਆਪਣਾ ਇਲੈਕਟ੍ਰਿਕ ਜਿਹੜਾ ਮੀਟਰ ਹੈ ਉਹ ਐਂਡ ਇਹ ਲੋਹਾ ਚੋਰੀ ਲੋਹੇ ਦੀਆਂ ਗ੍ਰਿਲਾਂ ਵਗੈਰਾ ਚੋਰੀ ਕਰਦੇ ਨੇ ਉਹ ਰਿਕਵਰ ਕੀਤੀਆਂ ਨੇ ਔਰ ਇਹਦੇ ਇਨਕਸ਼ਾਫ 'ਤੇ ਇਹਨੇ ਅੱਗੇ ਹੋਰ ਜਿਹੜੇ ਬੰਦੇ ਜਿਹੜੇ ਨੋਮੀਨੇਟ ਕੀਤੇ ਇੱਕ ਸੁਖਵਿੰਦਰ ਸਿੰਘ ਇਲੀਅਸ ਮਿੱਠੂ ਦਲਵੀਰ ਸਿੰਘ ਸ਼ਹਿਜਾਦਾ ਨੰਗਲ ਦਾ ਗੁਰਪ੍ਰੀਤ ਸਿੰਘ ਗੋਪੀ ਉਹ ਐਟ ਲਾਰਜ ਹੈ ਉਹਨੂੰ ਹਜੇ ਫੜਨਾ ਬਾਕੀ ਹੈ ਤੀਰਥ ਰਾਮ ਸਨ ਆਫ ਅਸ਼ੋਕ ਕੁਮਾਰ ਇਹ ਹੈਗਾ ਸੰਗਲਪੁਰੇ ਰੋਡ ਦਾ ਅਤੇ ਇੱਕ ਅਜੇ ਕੁਮਾਰ ਜਿਹੜਾ ਇੱਕ ਕਬਾੜੀਆ ਵਾ ਜਿਹਨੂੰ ਇਹ ਸਾਰਾ ਜਿਹੜਾ ਚੋਰੀਸ਼ੁਦਾ ਸਮਾਨ ਜਿਹੜਾ ਵੇਚਦੇ ਰਹੇ ਆ ਉਹਨਾਂ ਸਾਰਿਆਂ ਨੂੰ ਅਰੈਸਟ ਕੀਤਾ ਗਿਆ ਇਹਨਾਂ ਦੇ ਕੋਲੋਂ ਵੱਖ ਵੱਖ ਕੋਈ ਡੇਢ ਕੋਈ ਟੋਟਲ 3-4 ਕੁਇੰਟਲ ਦੇ ਕਰੀਬ ਲੋਹਾ ਇੱਕ ਇਲੈਕਟ੍ਰਿਕ ਮੀਟਰ ਅਤੇ ਇੱਕ ਈ ਰਿਕਸ਼ਾ ਜਿਹੜਾ ਹੁਣ ਤੱਕ ਬਰਾਮਦ ਕੀਤਾ ਗਿਆ ਅੱਗੇ ਹੋਰ ਵੀ ਇਹਨਾਂ ਕੋਲ ਪੁੱਛਗਿੱਛ ਜਾਰੀ ਹੈ ਹੋਰ ਵੀ ਜਿਹੜੇ ਨੇ ਔਰ ਇਸ ਤੋਂ ਇਲਾਵਾ ਜਿਹੜਾ ਹੈ ਸਾਜਨ ਨੇ ਇਨਕਸ਼ਾਫ ਕੀਤਾ ਹੈ ਵੀ ਜਿਹੜਾ ਗੁਰਪ੍ਰੀਤ ਅਤੇ ਸਾਜਨ ਨੇ ਰਲ ਕੇ ਜਿਹੜਾ ਹੈਗਾ ਇਹਨਾਂ ਨੇ 7 ਜਿਹੜੇ ਮੋਟਰਸਾਈਕਲ ਚੋਰੀ ਕੀਤੇ ਆ ਜਿਹਦੇ ਬਾਰੇ ਕਿ ਉਹਨਾਂ ਦੇ ਵੇਚਣ ਬਾਰੇ ਗੁਰਪ੍ਰੀਤ ਨੂੰ ਹੀ ਪਤਾ ਹੈ ਉਹਦੀ ਅਰੈਸਟ ਤੋਂ ਬਾਅਦ ਜਿਹੜਾ ਪਤਾ ਲੱਗੇਗਾ ਇਹਨਾਂ ਕੋਲ ਹੋਰ ਵੀ ਬਰੀਕੀ 'ਤੇ ਜਿਹੜੀ ਇਹ ਪੁੱਛਗਿੱਛ ਕੀਤੀ ਜਾ ਰਹੀ ਹੈ ਹੋਰ ਵੀ ਜਿਹੜੇ ਆ ਕੇਸਿਸ ਟਰੇਸ ਹੋਣ ਦੀ ਆਸ ਹੈ ਇਹਦੇ ਵਿੱਚ 4 ਜਿਹੜੇ ਮੈਂਬਰ ਨੇ ਅਸੀਂ ਹੁਣ ਤੱਕ ਜਿਹੜੇ ਫੜ ਲਏ ਆ ਨੇਮਲੀ ਤੁਹਾਨੂੰ ਮੈਂ ਦੱਸ ਚੁੱਕਾ ਹੁਣੇ ਜਿਸ 'ਚ ਸਾਜਨ ਆਪਣਾ ਸੁਖਵਿੰਦਰ ਤੀਰਥ ਅਤੇ ਅਜੇ ਇਹ 4 ਜਿਹੜੇ ਆ ਉਹ ਫੜ ਲਏ ਗਏ ਆ ਅਤੇ ਗੁਰਪ੍ਰੀਤ ਗੋਪੀ ਜਿਹੜਾ ਵਾ ਉਹ ਹਜੇ ਫੜਨਾ ਬਾਕੀ ਹੈ।